ਇਹ ਉਹਨਾਂ ਦੇ ਅੱਖਾਂ ਦਾ ਹਸਪਤਾਲ ਚੀਵਾ ਹਸਪਤਾਲ ਨੇ ਬੜਾ ਸ਼ੋਹਰਤ ਹਾਸਲ ਕੀਤੀ। ਅਫਗਾਨਿਸਤਾਨ ਤੱਕ ਲੋਕ ਉਹਨਾਂ ਕੋਲ ਅੱਖਾਂ ਦਾ ਇਲਾਜ ਕਰਾਉਣਾ ਔਰ ਪੇਸ਼ੈਂਟਸ ਕਰਾਉਣ ਦੇ ਸਨ। ਡਾਕਟਰ ਰੂਡ ਸਿੰਘ ਸਾਹਿਬ ਜਿਹੜੇ ਸਨ ਉਹ ਬੜੇ ਜ਼ਬਰਦਸਤ ਆਈ ਸਰਜਨ ਸਨ ਔਰ ਡਾਕਟਰ ਚੀਵਾ ਸਾਹਿਬ ਵੀ ਉਹਨਾਂ ਦੇ ਸ਼ਾਗਿਰਦ ਸਨ ਔਰ ਮਜੀਦ ਡਾਕਟਰ ਵੀ ਜਿਹੜਾ ਡਸਕਾ ਅੱਖਾਂ ਦੀ ਆਪਰੇਸ਼ਨ ਦੇ ਵਿੱਚ ਨਾ ਮਸ਼ਹੂਰ ਹੋਇਆ ਇਹਦਾ ਮੋਢ ਵੀ ਡਾਕਟਰ ਰੂਡ ਸਿੰਘ ਸਾਹਿਬ ਬਣਿਆ। ਬਿਲਕੁਲ ਠੀਕ ਸੜਕ ਦੇ ਉੱਤੇ ਬਾਹਰ ਲਾਈਨਾਂ 'ਚ ਲੋਕ ਸੁੱਤੇ ਹੁੰਦੇ ਲੇਟੇ ਹੁੰਦੇ ਸਨ ਆਪਰੇਸ਼ਨ ਕਰਾਨ ਵਾਲੇ ਔਰ ਆਪਰੇਸ਼ਨ ਹੋਏ ਹੋਏ ਯਾਨੀ ਸੈਂਕੜੇ ਲੋਕ ਔਰ ਇਹਦੇ ਉੱਤੇ ਜਿਹੜਾ ਹਸਪਤਾਲ ਬਣਵਾਇਆ ਸੀ ਉਹ ਦਾਦਾ ਜੀ ਸਰਦਾਰ ਸ਼ਿਵਦੇਵ ਸਿੰਘ ਸਾਹਿਬ ਮੋਰਾਵਰੀ ਕੋਠੀ ਵਾਲੇ ਬਣਾਇਆ ਸੀ ਅਸੀਂ ਕਿੰਨੇ ਜ਼ਾਲਮ ਆ ਸਰ ਉਹਨਾਂ ਦੀ ਨੇਮ ਪਲੇਟ ਹੈ ਹਲੇ ਵੀ ਲੱਗੀ ਹੋਈ ਸਿਵਲ ਹਸਪਤਾਲ ਡਸਕਾ ਵਿੱਚ ਲੇਕਿਨ ਉਹ ਅਸਾਂ ਜਦੋਂ ਪੁਰਾਣਾ ਹਸਪਤਾਲ ਟਟਾ ਤੇ ਉਹਨਾਂ ਦੀ ਪਲੇਟ ਚੁੱਕ ਕੇ ਬਜਾਏ ਕਿ ਤੇ ਫਰੰਟ ਤੇ ਲਾਉਂਦੇ ਉਹ ਸੀ ਪਿੱਛੇ ਗੁਸਲਖਾਨਾਂ ਦੀ ਕੰਨਾਂ ਦਿਲਾ ਦਿੱਤੀ ਹੋਈ ਹੈ ਇੱਥੇ ਦਸਕਾ ਦੇ ਵਿੱਚ ਚੀਮਾ ਹਸਪਤਾਲ ਦੇ ਡਾਕਟਰ ਚੀਮਾ ਬੜੇ ਮਾਰੂਫ ਰੇ ਨੱਖਾਂ ਦੇ ਆਪਰੇਸ਼ਨ ਦੇ ਹਵਾਲੇ ਉਹਨਾਂ ਦੇ ਬਾਰੇ ਵੀ ਜ਼ਰਾ ਥੋੜਾ ਦੱਸੋ ਡਾਕਟਰ ਸੁਲਤਾਨ ਚੀਮਾ ਸਾਹਿਬ ਜੀ ਅ ਅੱਖਾਂ ਦੇ ਬੜੇ ਮਸ਼ਹੂਰ ਡਾਕਟਰ ਸਨ ਇੱਕ ਵਾਰੀ ਐਮਪੀ ਵੀ ਹੋਏ ਸਨ ਮਸਲੇ ਸ਼ੁਰਾ ਦਾ ਰੁਕਣ ਵੀ ਰਹੇ ਨੇ ਬੜੇ ਸ਼ਰੀਫ ਆਦਮੀ ਸਨ ਸਾਡੇ ਨਾਲ ਉਹਨਾਂ ਦੇ ਬਹੁਤ ਤਾਲੁਕਾਤ ਸਨ ਉਹਨਾਂ ਦੇ ਵੀ ਉਹਨਾਂ ਦੇ ਪੂਰੇ ਖਾਨਦਾਨ ਦੇ ਉਹਨਾਂ ਦੀ ਬੀਵੀ ਬੱਚੇ ਸਭ ਦੇ ਬੜੇ ਭਲੇਮਾਨਸ ਲੋਕ ਸਨ ਫਰਾਂ ਨਿਵਜ਼ਾ ਖਤਿਆ ਦੇ ਇਹ ਉਹਨਾਂ ਦੇ ਅੱਖਾਂ ਦਾ ਹਸਪਤਾਲ ਚੀਮਾ ਹਸਪਤਾਲ ਨੇ ਬੜਾ ਸ਼ੋਹਰਤ ਹਾਸਲ ਕੀਤੀ ਅਫਗਾਨਿਸਤਾਨ ਤੱਕ ਲੋਕ ਉਹਨਾਂ ਕੋਲ ਅੱਖਾਂ ਦਾ ਇਲਾਜ ਕਰਨਾ ਤੇ ਪੇਸ਼ੈਂਟਸ ਕਰਾਣ ਆਉਂਦੇ ਸਨ ਬੇਸਿਕਲੀ ਸਰਜਨ ਬੜੇ ਅੱਛੇ ਸਨ ਲੇਕਿਨ ਅਗਰ ਗੱਲ ਤੁਸੀਂ ਕਰੋਗੇ ਤੇ ਉਹਨਾਂ ਦੀ ਗੱਲ ਵੀ ਫੇਰ ਪਿੱਛੇ ਜਿਹੜੀ ਤਾਰੀਖ ਜਾਂਦੀ ਹੈ ਉਹ ਡਾਕਟਰ ਅਰੂੜ ਸਿੰਘ ਤੇ ਜਾਏਗੀ ਅੱਛਾ ਡਾਕਟਰ ਅਰੂੜ ਸਿੰਘ ਸਾਹਿਬ ਜਿਹੜੇ ਸਨ ਉਹ ਪਾਰਟਿਸ਼ਨ ਤੋਂ ਪਹਿਲਾਂ ਆਏ ਸਰਜਨ ਸਨ ਦਸਕੇ ਸਰਕਾਰੀ ਹਸਪਤਾਲ ਵਿੱਚ ਡਾਕਟਰ ਅਰੂੜ ਸਿੰਘ ਸਾਹਿਬ ਡਾਕਟਰ ਅਰੂੜ ਸਿੰਘ ਸਾਹਿਬ ਜਿਹੜੇ ਸਨ ਉਹ ਬੜੇ ਜ਼ਬਰਦਸਤ ਸਾਈ ਸਰਜਨ ਸਨ ਔਰ ਡਾਕਟਰ ਚੀਵਾ ਸਾਹਿਬ ਵੀ ਉਹਨਾਂ ਦੇ شاਗਿਰਦ ਸਨ ਔਰ ਮਜੀਦ ਡਾਕਟਰ ਵੀ ਜਿਹੜਾ ਡਸਕਾ ਅੱਖਾਂ ਦੀ ਆਪਰੇਸ਼ਨ ਦੀ ਬਾਰੇ ਨਾ ਮਸ਼ਹੂਰ ਹੋਇਆ ਇਹਦਾ ਮੋਢ ਵੀ ਡਾਕਟਰ ਅਰੂੜ ਸਿੰਘ ਸਾਹਿਬ ਬੰਨਿਆ ਸੀ ਬਿਲਕੁਲ ਠੀਕ ਡਾਕਟਰ ਅਰੂੜ ਸਿੰਘ ਸਾਹਿਬ ਦੇ ਬੇਟੇ ਚਾਚਾ ਮੋਹਿੰਦਰਪਾਲ ਮੇਰੇ ਅੱਬਾ ਜੀ ਦੇ ਬੜੇ ਕਲੋਜ਼ ਫਰੈਂਡ ਸਨ ਚਾਚਾ ਮਹਿੰਦਰਪਾਲ ਉਹ ਜਦੋਂ ਅੱਬਾ ਜੀ ਪਾਰਟੀਸ਼ਨ ਤੋਂ ਬਾਅਦ ਇੰਡੀਆ ਗਏ ਸਨ ਉਹਨਾਂ ਨੂੰ ਮਿਲਣ ਵੀ ਗਏ ਸਨ ਤੇ ਉਹ ਉਹਨਾਂ ਦੀ ਬੇਟੀਆਂ ਉਹਨਾਂ ਦੇ ਬੇਟੇ ਸਾਰੇ ਨਾਲ ਮੇਰੇ ਅੱਬਾ ਜੀ ਦੀ ਬਹੁਤ ਤਾਲੁਕ ਬੜੀ ਦੋਸਤੀ ਸੀ ਬੜੇ ਵਕਾਰ ਦਾ ਰਿਸ਼ਤਾ ਸੀ ਡਾਕਟਰ ਸਾਹਿਬ ਸਾਡੇ ਡੇਰੇ ਤੇ ਆਉਂਦੇ ਹੁੰਦੇ ਸਨ ਮੇਰੇ ਦਾਦਾ ਜੀ ਨੂੰ ਮਿਲ ਔਰ ਮੇਰੇ ਦਾਦਾ ਜੀ ਉਹਨਾਂ ਦੇ ਬੜੇ ਇੱਜ਼ਤ ਕਰਦੇ ਸਨ ਤੇ ਜਿਹੜਾ ਅੱਖਾਂ ਦਾ ਹਸਪਤਾਲ ਦੀ ਤਾਰੀਖ ਔਰ ਅੱਖਾਂ ਦਾ ਇਲਾਜ ਉਸ ਸਮਾਨੇ ਵਿੱਚ ਇਹ ਮਾਮਲਾ ਹੁੰਦਾ ਸੀ ਸਰ ਕਿ ਉਦੋਂ ਸਾਇੰਸ ਦੀ ਇੰਨੀ ਤਰੱਕੀ ਨਹੀਂ ਸੀ ਹੋਈ ਤੇ ਖਾਸ ਕੁਝ ਮਹੀਨੇ ਹੁੰਦੇ ਸਨ ਜਿਹਦੇ ਵਿੱਚ ਆਪਰੇਸ਼ਨ ਜ਼ਿਆਦਾ ਹੁੰਦੇ ਸਨ ਤਾਂ ਕਿ ਕੁਵਬਾਣਾ ਭੂਟੇ ਜਾਂ ਮੁਖ ਲੀਕਸ ਇਨਫੈਕਸ਼ਨਸ ਨਾ ਹੋਣ ਹੁੰਦੇ ਤੁਸੀਂ ਕਿਹੜੇ ਵੀ ਮੌਸਮ ਇਲਾਜ ਆਪਰੇਸ਼ਨ ਕਰਾ ਲਓ ਤੇ ਸਾਡੇ ਅੱਬਾ ਜੀ ਦੱਸਦੇ ਹੁੰਦੇ ਸਨ ਕਿ ਹਸਪਤਾਲ ਵਿੱਚ ਬਿਸਤਰਿਆਂ ਤੇ ਕਮਰਿਆਂ ਚ ਬਰਾਮਦਿਆਂ ਚ ਸੜਕ ਦੇ ਉੱਤੇ ਬਾਹਰ ਲਾਈਨਾਂ ਚ ਲੋਕ ਸੁੱਤੇ ਹੁੰਦੇ ਲੇਟੇ ਹੁੰਦੇ ਸਨ ਆਪਰੇਸ਼ਨ ਕਰਾਉਣ ਵਾਲੇ ਔਰ ਆਪਰੇਸ਼ਨ ਹੋਏ ਹੋਏ ਯਾਨੀ ਸੈਂਕੜੇ ਲੋਕ ਡਾਕਟਰ ਸਾਹਿਬ ਇਤਨੇ ਜ਼ਿਆਦਾ ਆਪਣੇ ਪ੍ਰੋਫੈਸ਼ਨਲ ਲਾਇਲ ਸਨ ਕਿ ਬਾਜ਼ੂ ਕਾ ਤੋ ਸਬੋ 6 7 ਵਜੇ ਤੋ ਆਪਰੇਸ਼ਨ ਸ਼ੁਰੂ ਕਰਦੇ ਸਨ ਤੇ ਸ਼ਾਮ ਤੱਕ ਆਪਰੇਸ਼ਨ ਕਰਦੇ ਸਨ ਡਾਕਟਰ ਅਰੂਰ ਸਿੰਘ ਸਾਹਿਬ ਤੇ ਇਹ ਜਿਹੜੀ ਅੱਖਾਂ ਦਾ ਇਲਾਜ ਵਾਸਤੇ ਦਸਕਾ ਮਸ਼ਹੂਰ ਹੈ ਇਹ ਵੀ ਕ੍ਰੈਡਿਟ ਜਿਹੜਾ ਡਾਕਟਰ ਅਰੂਰ ਸਿੰਘ ਸਾਹਿਬ ਨੂੰ ਜਾਂਦਾ ਹੈ ਲੇਕਿਨ ਬਹਰਾਲ ਡਾਕਟਰ ਸੁਲਤਾਨ ਚੀਮਾ ਸਾਹਿਬ ਨੇ ਉਸ ਤੋਂ ਬਾਅਦ ਉਹਨਾਂ ਦੇ ਜਾਣ ਤੋਂ ਬਾਅਦ ਵੀ ਬਹੁਤ ਅੱਛੇ ਕਾ ਲੋਕਾਂ ਦੇ ਇਲਾਜ ਕੀਤਾ ਇਲਾਕੇ ਦੀ ਖਿਦਮਤ ਕੀਤੀ ਔਰ ਉਹਨਾਂ ਦਾ ਵੀ ਬੜਾ ਮਸ਼ਹੂਰ ਹਸਪਤਾਲ ਹੋਇਆ ਚੀਮਾ ਹਸਪੀਟਲ ਬਲਕੇ ਇੱਕ 2065 ਦੀ ਜੰਗ ਹੋਈ ਤੇ ਮੇਰੇ ਵਾਲਿਦ ਸਾਹਿਬ ਦੇ ਇੱਕ ਦੋਸਤ ਸਨ ਉਮਰੋਂ ਵੱਡੇ ਸਨ ਰਾਏ ਜਲਾਲ ਖਾਨ ਉੱਥੋਂ ਦੇ ਹਫਜ਼ਾਬਾਦ ਦੇ ਹੁਣ ਜ਼ਿਲ੍ਹਾ ਹਫਜ਼ਾਬਾਦ ਬਣ ਗਿਆ ਪਿੰਡ ਤਹਿਸੀਲ ਪਿੰਡ ਭਟੀਆਂ ਦੇ ਤੇ ਉਹ ਕਹਿੰਦੇ ਸਨ ਕਿ ਚੌਧਰੀ ਮਨਵਰ ਖਾਨ ਅਸੀਂ ਇੱਕ ਤੇ ਸਾਡੇ ਆਪ ਨੇ ਇੱਕ ਤੁਹਾਡੇ ਅਸੇ ਦੁਆ ਕਰਨੇ ਆ ਤੇ ਇਹ ਕਹਨਿਆ ਕਿ ਜੰਗਲੀ ਦੀ ਕਿਨਾਂ ਬੋਲਦੇ ਸਨ ਕਿ ਕਿਤੇ ਚੀਮਾ ਹਸਪਤਾਲ ਬਚ ਰਾਇਆ ਵਰਨਾ ਮੁਲਖ ਅਨਿਆ ਹੋ ਜਾਣਾ ਹੈ ਕਿ ਚੀਮਾ ਹਸਪਤਾਲ ਤੇ ਵੀ ਬੰਬ ਨਾਲ ਡਿਗੇ ਵਰਨਾ ਮੁਲਖ ਅਨਿਆ ਹੋ ਜਾਣਾ ਹੈ ਚੀਮਾ ਸਾਹਿਬ ਦਾ ਤੇ ਇਨਾ ਨਾ ਹੈ ਕਿ ਉਹ ਸਟੇਜ ਡਰਾਮੇ ਚ ਮਾਨੁਲਾ ਵੀ ਇੱਕ ਜਗ੍ਹਾ ਤੇ ਇਹਦਾ ਜ਼ਿਕਰ ਕੀਤਾ ਹੈ ਕਿ ਉਹ ਡਸਕੇ ਤੁਕੀ ਅਖੰਬਰ ਵਣ ਗਏ ਹੈ ਅਖੰਬਰ ਵਣ ਗਏ ਤੇ ਉਹ ਡਸਕੇ ਦਾ ਜ਼ਾਹਰ ਨਾਂ ਤੇ ਹੈ ਇਹ ਸਵਾਲੇ ਨਾਲ ਵੀ ਅੱਛਾ ਥੋੜਾ ਜਿਹਾ ਜਰਾ ਜਿਹੜਾ ਤੁਸੀਂ ਆਮ ਗੁਫਤਗੋਹ ਦੇ ਵਿੱਚ ਜਦੋਂ ਤੁਹਾਡੇ ਨਾਲ ਗੱਲਬਾਤ ਹੁੰਦੀ ਹੈ ਤੇ ਤੁਸੀਂ ਕਹਿੰਦੇ ਹੋ ਕਿ ਜਿਹੜਾ ਇਹ ਸਿਵਲ ਹਸਪਤਾਲ ਹੈ ਜਿਹੜਾ ਡੰਗਰਾਂ ਦਾ ਹਸਪਤਾਲ ਹੈ ਉਹ ਇੱਕ ਇਥੋਂ ਦੇ ਇੱਕ ਸਰਦਾਰ ਸਾਹਿਬ ਸਨ ਉਹਨਾਂ ਬੜਾ ਦਾਨ ਕੀਤਾ ਜੀ ਉਹਨਾਂ ਜਾਂ ਜਿਹੜੇ ਹੋਰ ਦੂਸਰੇ ਸਰਦਾਰਾਂ ਕੀਤਾ ਉਹ ਕੀ ਕੀ ਕੰਟਰੀਬਿਊਸ਼ਨ ਸੀ ਅ ਘੁਮਨ ਸਾਹਿਬ ਜਿਹੜੇ ਸਾਡੇ ਬਜ਼ੁਰਗ ਸਨ ਸਰਦਾਰ ਅਮਰ ਸਰਦਾਰ ਸਾਹਿਬ ਸਰਦਾਰ ਅਮਰ ਸਿੰਘ ਸਾਹਿਬ ਜ਼ੈਲਦਾਰ ਸਾਈ ਜਿਹੜੇ ਨਮਨਡਿਸ ਕਿ ਜਾ ਕੇ ਬੈਠੇ ਸਨ ਉਹਨਾਂ ਨੇ ਪਹਿਲਾ ਸ਼ਹਿਰ ਦੇ ਵਿੱਚ ਜਿੱਥੇ ਕਸ਼ਮੀਰ ਮੋਤੀਚੂੜੀ ਦੀ ਦੁਕਾਨ ਹੈ ਉਹਦੇ ਪਿੱਛੇ ਜਿੱਥੇ ਪਸੂਰ ਰੋਡ ਸ਼ੁਰੂ ਹੁੰਦਾ ਹੈ ਦੇ ਸਾਹਮਣੇ ਤਕਰੀਬਨ ਇੱਕ ਹਸਪਤਾਲ ਬਣਵਾਇਆ ਸੀ ਅ ਜਗ੍ਹਾ ਵਿਦਿਤੀਰ ਬਣਵਾਇਆ ਵੀ ਉਹਨੂੰ ਛੋਟਾ ਹਸਪਤਾਲ ਕਹਿੰਦੇ ਸਨ ਪਹਿਲਾਂ ਹਸਪਤਾਲ ਬਾਅਦ ਵਿੱਚ ਵੀ ਜੋ ਜ਼ਰੂਰਤ ਮਹਿਸੂਸ ਹੋਈ ਕਿ ਨਮਿੰਡਸ ਕੇ ਦੋ ਵਾਦ ਮਾਲਕ ਸਰ ਉਹ ਉਹਨਾਂ ਦਾ ਖਾਨਦਾਨ ਉਹ ਉਹਨਾਂ ਦੇ ਕਜ਼ਨਸ ਉਹਨਾਂ ਦੇ ਵਾਲਦੇ ਕਜ਼ਨ ਸਾਰੇ ਤੇ باوجود ضرورت ਮਹਿਸੂਸ ਹੋਈ ਸੋਈ ਤੇ ਉਹਨਾਂ ਨੂੰ ਫਿਰ ਦਰਖਾਸਤ ਕੀਤੀ ਗਈ ਜਾਂ ਜਿਸ ਤਰ੍ਹਾਂ ਵੀ ਕੋਈ ਤਰੀਕੇ ਪੇਸ਼ ਹੋਈ ਤੇ ਉਹਨਾਂ ਨੇ ਜਿਹੜਾ ਤੁਹਾਡਾ ਮੌਜੂਦਾ ਸਿਵਲ ਹਸਪਤਲ ਹੈ ਜਿਹੜਾ ਕਈਆਂ ਏਕੜਾਂ ਵਿੱਚ ਹੈ ਔਰ ਬਹੁਤ ਵੱਡੀ ਕੀਮਤੀ ਪ੍ਰਾਪਰਟੀ ਹੈ ਇਹ ਸਾਰਾ ਸਰਦਾਰ ਸਾਹਿਬ ਸਰਦਾਰ ਅਮਰ ਸਿੰਘ ਸਾਹਿਬ ਜ਼ਾਇਲਦਾਰ ਨੇ দান ਕੀਤੀ ਸੀ ਇਹ ਜਗ੍ਹਾ ਸਾਰੀ ਔਰ ਇਹਦੇ ਉੱਤੇ ਜਿਹੜਾ ਹਸਪਤਾਲ ਬਣਵਾਇਆ ਸੀ ਉਹ ਦਾਦਾ ਜੀ ਸਰਦਾਰ ਸ਼ਿਵਦੇਵ ਸਿੰਘ ਸਾਹਿਬ ਮੋਰਾਵਲੀ ਕੋਠੀ ਵਾਲੇ ਬਣਾਇਆ ਸੀ ਮੋਰਾਵਲੀ ਕੋਠੀ ਯਾਨੀ ਇੱਕ ਨੇ ਜ਼ਮੀਨ ਦੇਤੀ ਦੂਜੇ ਨੇ ਉੱਤੇ ਹਸਪਤਾਲ ਬਣਵਾਇਆ ਉਹਨਾਂ ਨੇ ਸਰਦਾਰ ਸਾਹਿਬ ਸਦਾਰ ਅਮਰ ਸਿੰਘ ਸਾਹਿਬ ਜ਼ਾਇਲਦਾਰ ਨੇ ਕੁੜੀਆਂ ਦੇ ਸਕੂਲ ਨੂੰ ਜਗ੍ਹਾ ਦਿੱਤੀ ਜਿਹੜਾ ਤੁਹਾਡਾ ਇਸ ਵੇਲੇ ਡੀਐਸਪੀ ਸਾਹਿਬ ਦਾ ਦਫਤਰ ਹੈ ਔਰ ਜਿਹੜਾ ਵੇ ਤੁਹਾਡਾ ਕਲੱਬ ਹੈ ਇਹ ਵੀ ਉਹਨਾਂ ਦੀ ਜਗ੍ਹਾ ਵਿੱਚ ਹੈ ਇਹ ਵੀ ਜਿਹੜਾ ਡੰਗਰਾਲਾ ਹਸਪਤਾਲ ਦੇ ਸਾਹਮਣੇ ਰੋਡ ਦੇ ਉੱਤੇ ਉਹ ਵੀ ਉਹਨਾਂ ਦੀ ਜਗ੍ਹਾ ਵਿੱਚ ਇਹ ਉਹਨਾਂ ਨੇ ਡੋਨੇਟ ਕੀਤੇ ਸਨ ਚੀਜ਼ਾਂ ਪੁਰਾਣਾ ਸਥਾਨ ਨਵੇਂ ਸਥਾਨ ਨੂੰ ਜਗ੍ਹਾ ਸਕੂਲ ਨੂੰ ਔਰ ਸਭ ਨੂੰ ਦਿੱਤਾ ਉਹ ਕੋਈ ਨੇਮ ਪਲੇਟ ਜਾਂ ਕੁਝ ਯਾਦਗਾਰ ਹੈ ਜ਼ਰ ਅਸੀਮ ਅਸੀਂ ਕਿਨੇ ਜ਼ਾਲਮਾ ਸਰ ਉਹਨਾਂ ਦੀ ਨੇਮ ਪਲੇਟ ਹੈ ਹਾਲੇ ਵੀ ਲੱਗੀ ਹੋਈ ਸਿਵਲ ਹਸਪਤਾਲ ਡਸਕਾ ਵਿੱਚ ਲੇਕਿਨ ਉਹ ਅਸਾਂ ਜਦੋਂ ਪੁਰਾਣਾ ਹਸਪਤਾਲ ਟਠਾ ਤੇ ਉਹਨਾਂ ਦੀ ਪਲੇਟ ਚੁੱਕ ਕੇ ਬਜਾਇ ਕਿ ਤੇ ਫਰੰਟ ਤੇ ਲਾਂਦੇ ਉਹ ਸੀ ਪਿੱਛੇ ਗੁਸਲਖਾਨੇ ਦੀ ਕੰਨਾਂ ਦਿਲਾ ਦਿੱਤੀ ਹੋਈ ਹੈ ਕਿਉਂਕਿ ਸਰਦਾਰ ਅਮਰ ਸਿੰਘ ਸਾਹਿਬ ਜ਼ੈਲਦਾਰ ਦਾ ਕੋਈ ਪੁੱਤਰ ਇੱਥੇ ਨਹੀਂ ਜਾਂ ਸ਼ਾਇਦ ਉਹਨਾਂ ਦਾ ਮਜ਼ਹਬ ਜਿਹੜਾ ਮੌਜੂਦ ਹੈ ਲੋਕ ਇੱਥੇ ਬਾਕੀ ਰਹਿ ਗਏ ਉਹਨਾਂ ਦਾ ਮਜ਼ਹਬ ਉਹ ਨਹੀਂ ਤੇ ਉਹਨਾਂ ਨੂੰ ਅਸਾਂ ਫਿਰ ਇਨਾਮ ਹੈ ਦਿੱਤਾ ਚਲੋ ਮੈਂ ਨਾ ਸ਼ੁਕਰ ਹੈ ਕਿਸੇ ਪਰ ਨਹੀਂ ਨਹੀਂ ਤੋੜੀ ਨਹੀਂ ਇਹ ਵੀ ਸ਼ੁਕਰ ਹੈ ਅਗਰ ਇਸ ਨੂੰ ਦੇਖੀਏ ਤੋ ਚੋਕੇ ਕੇ ਅਸਾਂ ਨਾ ਉਸ ਖਾਨੇ ਦਲਾ ਦਿੱਤੀ ਹੋਈ ਹੈ ਲੇਕਿਨ ਹੈ ਉਹਨਾਂ ਦੇ ਹਲੇ ਤੱਕ ਉਹਨਾਂ ਦੀ ਤੇ ਜਿਹੜੀ ਸਰਦਾਰ ਸ਼ਿਵਦੇਵ ਸਿੰਘ ਸਾਹਿਬ ਦੀ ਪਲੇਟ ਸੀ ਹਸਪਤਾਲ ਵਿੱਚ ਲੱਗੀ ਹੋਈ ਉਹ ਜਦੋਂ ਪੁਰਾਣੀ ਬਿਲਡਿੰਗ ਢਾਈ ਗਈ ਤੇ ਕਿਸੇ ਖਿਆਲ ਨਹੀਂ ਕੀਤਾ ਉਹ ਤੋੜ ਦਿੱਤੀ ਗਈ ਲੇਕਿਨ ਉਹ ਸਰਦਾਰ ਸ਼ਿਵਦੇਵ ਸਿੰਘ ਸਾਹਿਬ ਦੀ ਤਖਤੀ ਲੱਗੀ ਹੋਈ ਸੀ ਕਿ ਇਹ ਹਸਪਤਾਲ ਉਹਨਾਂ ਨੇ ਬਣਵਾਇਆ দান ਕੀਤਾ ਹੈ